वेलकम टू माय चैनल। आज आप बनावांगे पास्ते वाली सॉस, जिदे वास्ते आप 5-6 डब्बे टमाटर दे ले गए, 4-5 प्याज ले गए, 3-4 गाजर लिया है, तो थोड़े जे थूम लिया 4-5 गठियां। एक कप आप पतीला लिया, तो एक कप तेल लिया ओलिव तेल। ओलिव तेल नूं आप पतीले च पा लिया गा, तो नाल ही थूम पत्ता चूल्हा चला के, तो जदों थूम ब्राउन हो जाएगा, इस तरह ब्राउन हो जाएगा, तो फिर नाल दी नाल ही गाजर के गंढे विच सुट देना है। तो फिर इनू हिलाई जाना है किन्ना चिर ब्राउन नहीं होंगे, जिन्ना टाइम गंढे ब्राउन होंगे नाल दी नाल तुसीं टमाटर के डब्बे खोल लेने गे, थोड़ा जिहा लुत्तों भी चला दिओ। जदों गंढे इस तरह ब्राउन हो जाएंगे तो फिर तुसीं जिहड़े डब्बे खोले गए विच सुट देना है, चुल्हे नूं कटा देना है, बिल्कुल मीडियम साइज़ ते कर देना इनू, ते नाल दी नाल इनू हिलाई जाना है थोड़े थोड़े टाइम बाद। जिहड़े डब्बे आपां खोले सी थोड़ा जिहा बस इन्ना क पानी उस पा के ਅਤੇ ਇਹਨਾਂ ਨੂੰ ਹਟਾ ਕੇ ਸਾਰੇ ਡੱਬਿਆਂ 'ਚ ਉਹੀ ਪਾਣੀ ਸਮਾ ਲੈਣਾ ਹੈਗਾ, ਅਤੇ ਜਿਹੜਾ ਕੋਈ ਮਾੜਾ ਮੋਟਾ ਡੱਬਿਆਂ 'ਚ ਰਹਿ ਗਿਆ ਵੀ ਉਹ ਨਾਲ ਹੀ ਭੱਜੇ, ਅਤੇ ਉਹ ਪਾਣੀ ਨੂੰ ਫਿਰ ਤੁਸੀਂ ਪਤੀਲੇ ਦੇ ਵਿੱਚ ਪਾ ਲੈਣਾ। ਨਾਲ ਦੀ ਨਾਲ ਇਹਨੂੰ ਹਿਲਾਈ ਜਾਣਾ ਹੈਗਾ, ਫਿਰ ਤੁਸੀਂ ਇੰਨੀ ਕੁ ਭਜੇ ਲੀਕਿੰਗ ਸੁੱਟ ਦੇਣੀ ਇਹਦੇ 'ਚ, ਅਤੇ ਫਿਰ ਉਹਨੂੰ ਹਿਲਾ ਦੇਣਾ ਹੈਗਾ। 2 ਛੋਟੇ ਚਮਚੇ ਨਮਕ ਦੇ ਇਸ ਤਰ੍ਹਾਂ, ਚਮਚਾ ਦੇਖ ਲਓ ਛੋਟਾ ਚਮਚਾ, 2 ਇੱਕ ਛੋਟਾ ਚਮਚਾ ਕਾਲੀ ਮਿਰਚ ਦਾ, ਫਿਰ ਇਹਦੇ ਉੱਪਰ ਢੱਕਣ ਲਗਾ ਕੇ ਰੱਖ ਦੇਣਾ ਹੈਗਾ, ਗੈਸ ਨੂੰ ਬਿਲਕੁਲ ਥੋੜ੍ਹਾ ਕਰ ਦੇਣਾ 3 ਨੰਬਰ 'ਤੇ, ਅਤੇ ਥੋੜ੍ਹੀ ਜਿਹੀ ਵੇਟ ਕਰਨੀ ਹੈ। ਅਤੇ ਆ ਜਿਹੜੇ ਡੱਬੇ ਜੇ ਆਪਾਂ ਕੱਟੇ ਸੀ ਇਹਨਾਂ ਨੂੰ ਤੁਸੀਂ ਉਸ ਟਾਈਮ ਦੇ ਵਿੱਚ ਸਿੱਟ ਸੁੱਟ ਦੇਣਾ ਹੈਗਾ। ਜਦੋਂ ਇਹਦੇ ਉੱਪਰ ਤੇਲ ਆ ਗਿਆ ਅਤੇ ਇਹਦੇ 'ਚ ਤੁਸੀਂ ਮਸ਼ੀਨ ਮਾਰ ਲੈਣੀ ਗੀ, ਅਤੇ ਜਦੋਂ ਇਹ ਠੰਡੀ ਹੋਏਗੀ ਉਦੋਂ ਇਹਨੂੰ ਫਰਿੱਜ 'ਚ ਰੱਖ ਲੈਣਾ, ਜਾਂ ਇਹਨੂੰ ਤੁਸੀਂ ਫਰੀਜ ਕਰ ਸਕਦੇ ਹੋ, ਅਤੇ ਜਦੋਂ ਤੁਹਾਨੂੰ ਜ਼ਰੂਰਤ ਹੈਗੀ ਉਦੋਂ ਤੁਸੀਂ ਇਹਨੂੰ ਕੱਢ ਕੇ ਜਿਹੜਾ ਮਰਜ਼ੀ ਪਾਸਤਾ ਇਹਦੇ ਨਾਲ ਬਣਾ ਸਕਦੇ ਹੋ।